ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰਾਂਗੇ ਸੋ ਬਹੁਤ ਸਾਰੀ ਕੁਐਰੀਜ਼ ਹੈ ਸਾਡੇ ਕੋਲ ਆਲਰੇਡੀ ਆਸਟ੍ਰੇਲੀਆ ਸਟੱਡੀ ਵੀਜ਼ਾ ਬਾਰੇ ਬਹੁਤ ਸਾਰੇ ਸਟੂਡੈਂਟ ਜਾਣਨਾ ਚਾਹੁੰਦੇ ਨੇ ਇੱਕ ਤਾਂ ਸਟੂਡੈਂਟ ਸਾਰੇ ਜਾਣਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਕੁਆਲਿਟੀ ਆਫ ਸਟੱਡੀ ਸਾਨੂੰ ਮਿਲਦੀ ਹੈ ਔਰ ਨਾਲ ਦੀ ਨਾਲ ਕੰਮ ਕਰਨ ਦੇ ਵੀ ਅੱਛੇ ਮੌਕੇ ਨੇ ਵੇਜ ਰੇਟ ਵੀ ਚੰਗਾ ਮਿਲਦਾ ਹੈ ਆਪਣੇ ਫਿਊਚਰ ਦੇ ਲਈ ਪੁਆਇੰਟ ਆਫ ਵਿਊ ਤੋਂ ਵੀ ਅਗਰ ਸਟੂਡੈਂਟ ਆਸਟ੍ਰੇਲੀਆ ਨੂੰ ਦੇਖਦੇ ਨੇ ਤਾਂ ਬੈਸਟ ਆਪਸ਼ਨ ਨਜ਼ਰ ਆਉਂਦੀ ਹੈ ਪਰ ਬਹੁਤ ਸਾਰੇ ਸਵਾਲ ਜੀਟੀ ਨੂੰ ਲੈ ਕੇ ਖੜੇ ਜ਼ਰੂਰ ਹੋ ਜਾਂਦੇ ਨੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਸਟ੍ਰੇਲੀਆ ਲਈ ਅਗਰ ਤੁਸੀਂ ਅਪਲਾਈ ਕਰਨਾ ਹੈ ਤਾਂ ਇੱਕ ਹਫ਼ਤੇ ਜਿ ਤੁਸੀਂ ਆਪਣੀ ਜੀਟੀਈ ਕਲੀਅਰ ਕਰਵਾ ਸਕਦੇ ਹੋ ਕਿਵੇਂ ਕਰਵਾ ਸਕਦੇ ਹੋ ਕੀ ਪ੍ਰੋਸੈਸ ਹੈ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੌਰ ਡਿਟੇਲ ਵਿੱਚ ਸਾਰੀ ਇਨਫੋਰਮੇਸ਼ਨ ਤੁਹਾਨੂੰ ਸਾਂਝੀ ਕਰਨਗੇ ਨੈਵੀਗੇਟਰਸ ওভারਸੀਸ ਓ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਸੋ ਮੈਮ ਦਾ ਐਕਸਪੀਰੀਅੰਸ ਜੇ ਅਗਰ ਆਪਾਂ ਗੱਲ ਕਰੀਏ ਤਕਰੀਬਨ 28 ਸਾਲਾਂ ਦਾ ਐਕਸਪੀਰੀਅੰਸ ਤੇ ਸਾਰੀ ਪ੍ਰੋਫਾਈਲ ਤੇ ਕੰਮ ਕਰ ਚੁੱਕੇ ਨੇ ਇਸ ਐਕਸਪੀਰੀਅੰਸ ਦੇ ਵਿੱਚ ਔਰ ਤਜਰਬਾ ਇੰਨਾ ਜ਼ਿਆਦਾ ਕਿ ਪ੍ਰੋਫਾਈਲ ਨੂੰ ਦੇਖਦੇ ਹੀ ਦੱਸ ਦਿੰਦੇ ਨੇ ਕਿ ਸਟੂਡੈਂਟ ਦੇ ਲਈ ਕਿਹੜੀ ਆਪਸ਼ਨ ਬੈਸਟ ਰਹਣ ਵਾਲੀ ਹੈ ਸੋ ਮੈਮ ਅੱਜ ਜਿਵੇਂ ਸਟਾਰਟਿੰਗ ਵਿੱਚ ਆਪਾਂ ਜੀਟੀ ਦੀ ਗੱਲ ਕੀਤੀ ਹੈ ਨੈਵੀਗੇਟਰ ਓਵਰਸੀਜ਼ ਵੱਲੋਂ ਇੱਕ ਹਫ਼ਤੇ ਵਿੱਚ ਜੀਟੀ ਕਲੀਅਰ ਕੀਤੀ ਜਾਂਦੀ ਹੈ ਹਾਲਾਂਕਿ ਕਈ ਸਾਰੇ ਸਵਾਲ ਹੈ ਕਈ ਸਟੂਡੈਂਟ ਦੀ ਜੀਟੀ ਬਹੁਤ ਲੰਮੇ ਟਾਈਮ ਤੋਂ ਡਿਲੇ ਪਈ ਹੈ ਜਿੱਥੋਂ ਜਿੱਥੋਂ ਵੀ ਉਹਨਾਂ ਨੇ ਆਪਣੀ ਫਾਈਲ ਲਗਾਈ ਹੋਈ ਹੈ ਤਾਂ ਮੈਂ ਜ਼ਰੂਰ ਪ੍ਰੋਸੈਸ ਸਮਝਣਾ ਚਾਹੂੰਗੀ ਨੈਵੀਗੇਟਰਸ ਓਵਰਸੀਜ਼ ਆ ਕਿਵੇਂ ਤੁਸੀਂ ਇੱਕ ਹਫ਼ਤੇ ਵਿੱਚ ਜੀਟੀ ਕਲੀਅਰ ਕਰਵਾ ਰਹੇ ਹੋ ਦੇਖੋ ਹਰ ਜੋ ਦੋ ਚੀਜ਼ਾਂ ਵਨ ਇਜ਼ ਕਿ ਜੇ ਤੁਹਾਡਾ ਐਕਸਪੀਰੀਅੰਸ ਇੰਨਾ ਜ਼ਿਆਦਾ ਹੈ ਕਿ ਤੁਸੀਂ ਇੱਕ ਹੀ ਕਾਗਜ਼ ਪਹਿਲੇ ਦਿਨ ਹੀ ਸਮਝਾ ਦੋ ਹੁਣ ਮੇਰੇ ਕੋਲ ਜਿਹੜੇ ਸਟੂਡੈਂਟਸ ਆਉਂਦੇ ਆ ਉਹ ਕਿਸੇ ਵੀ ਕੰਸਲਟੈਂਟ ਕੋਲ ਫਾਈਲ ਦੇ ਦਿੱਤੀ 6-6 ਮਹੀਨੇ ਜੀਟੀ ਕਲੀਅਰ ਨਹੀਂ ਹੋ ਰਹੀ ਕਿਉਂਕਿ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਉਹ ਸਬ ਐਜੰਟਸ ਐ ਅੱਗੇ ਕਿਸੇ ਮੇਨ ਏਜੰਟ ਨੂੰ ਉਹ ਦਿੰਦੇ ਆ ਔਰ ਉਹਨਾਂ ਤੱਕ ਜਿਹੜੇ ਇਨਫੋਰਮੇਸ਼ਨ ਫਲੋ ਹੈ ਉਹਦੇ ਵਿੱਚ ਬੜੀ ਪ੍ਰੋਬਲਮ ਐ ਕਿਉਂਕਿ ਮੇਨ ਸਟੂਡੈਂਟ ਤੱਕ ਤੇ ਉਹ ਪਤਾ ਹੀ ਨਹੀਂ ਚੱਲ ਰਿਹਾ ਕਿ ਹੋ ਕੀ ਰਿਹਾ ਜਿਹੜਾ ਜੀਟੀ ਦੇ ਡਾਕੂਮੈਂਟਸ ਐ ਕਿ ਪ੍ਰੋਫਾਈਲ ਕਿੱਦਾਂ ਦੀ ਹੋਣੀ ਚਾਹੀਦੀ ਐ ਅਸੀਂ ਮਨਾ ਕਰ ਦਿੰਦੇ ਆ ਸਟੂਡੈਂਟ ਨੂੰ ਇਹ ਨਹੀਂ ਕਿ ਭੀੜ ਇਕੱਠੀ ਕਰਨੀ ਐ ਜਿਹੜੇ ਸਟੂਡੈਂਟ ਦਾ ਵੀਜ਼ਾ ਨਹੀਂ ਹੋਣ ਵਾਲਾ ਐ ਉਹਨੂੰ ਅਸੀਂ ਬੈਟਰ ਹੈ ਨਾ ਕਹਿਣਾ ਪਸੰਦ ਕਰਾਂਗੇ ਆ ਯਾ ਅਸੀਂ ਉਹਨੂੰ ਜਿਹੜਾ ਲੈ ਕੇ ਉਹਦੀ ਫਾਈਲ ਖਰਾਬ ਕਰੀਏ ਉਹ ਅਸੀਂ ਕੰਮ ਨਹੀਂ ਕਰਦੇ ਸਟ੍ਰੇਟ ਅਵੇ ਮੇਰੀ ਤਰਫ ਤੋਂ ਨਾ ਹੁੰਦੀ ਗਾ ਮੇਰੇ ਸਟਾਫ ਦੀ ਤਰਫ ਤੋਂ ਬੱਚੇ ਨਿਰਾਸ਼ ਹੁੰਦੇ ਬਸ ਉਹਨੇ ਇੱਕ ਐਗਜ਼ਾਮਪਲ ਦਿੰਨੀ ਆ ਇੱਕ ਲੜਕੀ ਆਈ ਸਪਾਊਸ ਕੇਸ குரு ਖੇਤਰ ਯੂਨੀਵਰਸਿਟੀ ਦੀ ਪੜੀ ਹੋਈ ਜਿਹੜੀ ਕਿ ਬਹੁਤ ਸਾਰੇ ਆਸਟ੍ਰੇਲੀਅਨ ਯੂਨੀਵਰਸਿਟੀਆਂ ਇਸ ਟਾਈਮ ਪਸੰ ਨਹੀਂ ਕਰ ਰਹੀਆਂ ਔਰ ਪਲੱਸ 2 ਜਿਹੜੀ ਹਰਿਆਣਾ ਬੋਰਡ ਤੋਂ ਫਾਦਰ ਦੀ ਜਿਹੜੀ ਮੰਥਲੀ ਇਨਕਮ ਹੈ 20000 ਹੀ ਇਜ਼ ਅ ਡਰਾਈਵਰਸ ਪਾਊਸ ਕੇਸ ਚਾਰੋ ਗ੍ਰੇ ایریاز ਅਸੀਂ ਉਹਨਾਂ ਮਨਾ ਕਰਤਾ ਬੇਟਾ ਤੇਰਾ ਟਾਈਮ ਵੇਸਟ ਹੋਏਗਾ ਨਹੀਂ ਹੋਣਾ ਅਸਟ੍ਰੇਲੀਆ ਦਾ ਨੈਕਸਟ ਡੇ ਕਾਲ ਗਈ ਤੇ ਕਹਿੰਦੀ ਕਿ ਮੈਨੂੰ ਤੇ ਕੋਈ এডਿਕੇਸ਼ਨ ਮੈਂ ਨਾਮ ਨਹੀਂ ਲਾਹੂੰਗੀ ਉਹਨਾਂ ਨੇ ਯਸ ਕੀਤਾ ਥੈਟ ਮੀਨਸ ਸਟੂਡੈਂਟ ਨੂੰ ਮਨਾ ਕਰਨ ਦੇ ਬਾਅਦ ਵੀ ਦੇ ਵਾਂਟ ਟੂ ਅ ਵੇਸਟ ਥੇਅਰ ਟਾਈਮ ਥੇਅਰ ਮਨੀ ਅਸੀਂ ਪਹਿਲੇ ਦਿਨ ਮਨਾ ਕਰ ਦਿੰਦੇ ਆ ਜਿਹੜਾ ਨਹੀਂ ਹੁੰਦਾ। ਇਟ ਦੈਟ ਇਜ਼ ਐ ਐਕਸਪੀਰੀਅੰਸ ਰਾਈਟ। ਹੁਣ ਜਿਹੜਾ ਵਨ ਵੇਗ ਦਾ ਤੁਸੀਂ ਕਹਿ ਰਹੇ ਹੋ ਇਹਦੇ ਵਿੱਚ ਬੜਾ ਸਟ੍ਰੇਟ ਫਾਰਵਰਡ ਜਿਹੜਾ ਜੀ8 ਯੂਨੀਵਰਸਿਟੀਆਂ ਨੂੰ ਜਾਂ ਜਿਹੜੀ ਏਲ1 ਯੂਨੀਵਰਸਟੀਆਂ ਨੂੰ ਵੀਜ਼ਾ ਚ ਪ੍ਰਾਇੋਰਟਾਈਜ਼ ਕੀਤਾ ਜਾਏਗਾ ਇਹ ਬੜਾ ਕਲੀਅਰ ਸੰਦੇਸ਼ ਆ ਚੁੱਕਿਆ ਹੈ ਜਿਹੜਾ ਪਿੱਛੇ ਅਪਡੇਟਸ ਆਈਆਂ ਅੰਬੈਸਡਰੀ ਦੀ ਤਰਫ ਤੋਂ। ਜੀ। ਇਹ ਜਿਹੜਾ ਅਸੀਂ ਕੰਮ ਕਰਦੇ ਆ ਮੈਕਸਿਮਮ ਜਿਹੜਾ ਹਾਈ ਲੈਵਲ ਯੂਨੀਵਰਸਟੀਆਂ ਦੀ ਰਾਈਟ। ਹੂੰ ਜਿਹੜੇ ਨਾਨ ਮੈਡੀਕਲ ਦੇ ਬੱਚੇ ਆ ਮੈਨੂੰ ਖਾਲੀ ਇਹ ਤਿੰਨ ਚਾਰ ਚੀਜ਼ਾਂ ਦੱਸੂंगी ਉਹੀ ਬੱਚਾ ਅਪਰੋਚ ਕਰੇ ਜਿੰਨੇ ਉਹਦਾ ਜੀਟੀ ਜਿਹੜਾ 1 ਵੀਕ ਚ ਕਰਾਉਂਦਾ ਸਾਡੀ ਗੈਰੰਟੀ ਆ ਓਕੇ 60% 메ਨ ਚਾਰ ਸਬਜੈਕਟਸ ਚ ਹੂੰ ਸੀਬੀਐਸਸੀ ਪਾਸ ਆਊਟ ਹੋਏ ਨਾਨ ਮੈਡੀਕਲ ਦਾ ਬੱਚਾ ਹੋਏ ਫਿਜ਼ਿਕਸ ਕੈਮਿਸਟਰੀ ਮੈਥ ਇੰਗਲਿਸ਼ ਜਿਹੜੇ ਵੀ 메ਨ ਚਾਰ ਸਬਜੈਕਟ ਹੈ ਉਹਦੇ ਵਿੱਚ 60% ਮਿਨੀਮਮ ਹੋਣਾ ਚਾਹੀਦਾ ਹੈ ਤੇ ਜੇ ਚਾਰਾਂ ਸਬਜੈਕਟ ਦਾ ਓਵਰਆਲ 60% ਆ ਉਹ ਬੱਚਾ ਅਸੀਂ ਐਕਸੈਪਟ ਕਰ ਸਕਦੇ ਆ ਗੈਪ ਇੱਕ ਸਾਲ ਤੋਂ ਜ਼ਿਆਦਾ ਨਾ ਹੋਵੇ ਮੀਨਸ 23 ਪਾਸ ਆਊਟ ਬੱਚੇ ਹੋਏ ਆਇਲ 6.5 ਨਾਟ ਲੈਸ ਥੈਨ 6 ਬੈਂਡਸ ਇਨਕਮ ਜਿਹੜੀ ਹੈ ਪੇਰੈਂਟਸ ਦੀ 10 ਲੱਖ ਤੋਂ ਉੱਪਰ ਜਿੱਦਾਂ ਮੈਂ ਕਿਹਾ ਤੁਹਾਨੂੰ ਐਂਡ ਜਿਹੜਾ ਫਾਈਨੈਂਸ਼ੀਅਲ ਡਾਕੂਮੈਂਟਸ ਆ 3 ਮੰਥਸ 올ਡ ਫੰਡ ਚਾਹੀਦੇ 1 ਇਅਰ ਫੀਸ 1 ਇਅਰ ਲਿਵਿੰਗ ਐਕਸਪੈਂਸਸ 2000 ਡਾਲਰ 에어ਫੇਅਰ ਇਹ ਸਾਰਾ ਮਿਲਾ ਕੇ ਕੋਈ ਬੱਚੇ ਦਾ ਮੇਰੇ ਖਿਆਲ 30 ਲੱਖ ਦਾ ਅਰਾਊਂਡ ਬੰਦਾ ਤੇ ਇਹ ਜਿਹੜੇ ਆ 3 ਮੰਥਸ 올ਡ ਫੰਡ ਖਾਨੇ ਜੇ ਇਹ ਸਾਰੀ ਚੀਜ਼ਾਂ ਹੁੰਦੀਆਂ ਔਰ ਜੇ ਮੰਨ ਲਓ ਬੱਚੇ ਕੋਲ ਫੰਡ ਨਹੀਂ ਰੈਡੀ ਹੈ ਉਹਨਾਂ ਦੀ ਆਈਟੀਆਰ ਠੀਕ ਹੈ ਬਿਜ਼ਨਸ ਹੈ ਜੌਬ ਠੀਕ ਹੈ ਤੇ ਉਹਨਾਂ ਦਾ ਲੋਨ ਜਿਹੜਾ ਉਹ ਕਈ ਬੈਂਕਾਂ ਅੱਜਕੱਲ ਪ੍ਰੋਵੀਜ਼ਨ ਦਿੱਤਾ ਹੋਇਆ ਹੈ ਔਰ ਨੈਵੀਗੇਟਰ ਪੂਰਾ ਜਿਹੜਾ ਸਾਡੀ ਕੰਪਨੀ ਹੈਲਪ ਕਰ ਰਹੀ ਹੈ ਸਟੂਡੈਂਟਸ ਦੇ ਲੋਨ ਕਰਾਉਣ ਦੇ ਵਿੱਚ ਤੇ ਉਹ ਸਟੂਡੈਂਟਸ ਦਾ ਅਸੀਂ ਲੋਨ ਦੇ ਵਿੱਚ ਪੂਰੀ ਹੈਲਪ ਕਰ ਰਹੇ ਹਾਂ ਤੇ ਇਹਨਾਂ ਦਾ ਜਿਹੜਾ 1 ਵੀਕ ਦੇ ਅੰਦਰ ਅਸੀਂ ਜੀਟੀ ਕਲੀਅਰ ਕਰਾ ਰਹੇ ਹਾਂ ਜਿਹੜੇ ਕੋਰਸੇਜ਼ ਹੈ ਆਈਟੀ ਦੇ ਰਿਲੇਟਿਡ ਐ ਮੈਕਸਿਮਮ ਕੋਰਸੇਜ਼ ਇੰਜੀਨੀਅਰਿੰਗ ਦੇ ਰਿਲੇਟਿਡ ਜਿਹੜੇ ਆਈਟੀ ਦੇ ਰਿਲੇਟਿਡ ਹੈ ਸਾਈਬਰ ਸਕਿਉਰਿਟੀ ਹੋ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਹੋ ਗਿਆ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਹੋ ਗਿਆ ਮਾਸਟਰਸ ਜਾਂ ਅੰਡਰਗ੍ਰੈਜੂਏਟ ਇਨਾਂ ਦੇ ਵਿੱਚ ਵੀਜ਼ਾ ਜਿਹੜਾ ਆਲਮੋਸਟ ਬਹੁਤ ਅੱਛਾ ਸਕਸੈਸ ਰੇਟ ਹੈ ਜਿਹੜਾ ਵੀਜ਼ਾ ਖਰਾਬ ਹੋ ਰਿਹਾ ਮੰਨ ਲਓ ਬੱਚੇ ਨੇ ਆ ਆ ਬੀ ਕਾਮ ਕੀਤੀ ਹੈ ਔਰ ਸਿੱਧਾ ਐਮਬੀਏ ਵਾਸਤੇ ਚੱਲਿਆ ਗਿਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਐਮਬੀਏ ਹੈ ਉਹਦੇ ਵਾਸਤੇ ਇੱਕ ਅੱਛਾ ਤਜਰਬਾ ਚਾਹੀਦਾ ਹੈ ਮੰਨ ਲਓ ਉਹਨੂੰ ਵੀ ਦੇ ਸਕਦੇ ਆ ਵੀਜ਼ਾ ਲੇਕਿਨ ਆਰਟਸ ਦੀ ਬੀਏ ਕੀਤੀ ਔਰ ਫਿਰ ਐਮਬੀਏ ਲੈ ਲਈ ਤੇ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ ਬੰਨਦਾ ਇਦਾਂ ਦੇ ਵੀਜ਼ੇ ਜ਼ਿਆਦਾ ਖਰਾਬ ਹੋ ਰਿਹਾ ਹੈ ਜਿਹੜੀ ਸਕਿੱਲ ਅਕੂਪੇਸ਼ਨ ਲਿਸਟ ਜਿਹੜੀ ਸ਼ਾਰਟੇਜ ਚੱਲ ਰਹੀ ਹੈ ਹੈਲਥ ਵਾਲੇ ਸਟੂਡੈਂਟਸ ਦੀ ਸ਼ਾਰਟੇਜ ਚੱਲ ਰਹੀ ਹੈ ਆਈਟੀ ਵਾਲੇ ਇੰਜੀਨੀਅਰਿੰਗ ਵਾਲੇ ਉਹਨਾਂ ਦਾ ਵੀਜ਼ਾ ਬਹੁਤ ਜ਼ਿਆਦਾ ਆ ਰਿਹਾ ਹੈ ਉਹਨਾਂ ਦੇ ਵੀਜ਼ੇ 'ਚ ਕਿਦਰੇ ਕੋਈ ਪ੍ਰੋਬਲਮ ਨਹੀਂ ਹੈ ਉਹ ਬੱਚੇ ਜ਼ਰੂਰ ਅਪਲਾਈ ਕਰਨ ਆਸਟ੍ਰੇਲੀਆ ਉਹ ਨਿਰਾਸ਼ ਨਾ ਹੋਣ ਕਿ ਆਸਟ੍ਰੇਲੀਆ ਨੇ ਵੀਜ਼ਾ ਬੰਦ ਕਰਤਾ ਹੈ ਆਸਟ੍ਰੇਲੀਆ ਨੇ ਵੀਜ਼ਾ ਕੱਟ ਕੀਤਾ ਬੰਦ ਨਹੀਂ ਕੀਤਾ 375000 ਕਿਤਾ ਕਿਉਂਕਿ ਕੋਵਿਡ ਦੇ ਬਾਅਦ ਇੱਕਦਮ ਬਾਰਡਰ ਖੋਲੇ ਤੇ ਉਹਨਾਂ ਨੂੰ ਬੱਚੇ ਚਾਹੀਦੇ ਸੀਗਾ 6 ਲੱਖ ਵੀਜ਼ਾ ਦਿੱਤਾ ਹੈ ਲੇਕਿਨ ਜਿਹੜਾ ਪਹਿਲੇ ਦਿਨ ਦੇ ਸੀ 2.5 ਲੱਖ ਉਸ ਤੋਂ ਉਹਨਾਂ ਨੇ ਜ਼ਿਆਦਾ ਹੀ ਕੋਟਾ ਰੱਖਿਆ ਤੇ ਜਿਹੜੇ ਵੀ ਬੱਚੇ CBSE ਪਾਸ ਆਊਟ ਹੈਗਾ ਜਾਂ ਗ੍ਰੈਜੂਏਸ਼ਨ ਅੱਛੀ ਯੂਨੀਵਰਸਿਟੀਆਂ ਤੋਂ ਕੀਤੀ ਹੋਈ ਹੈ ਉਹਨਾਂ ਨੂੰ ਕੋਈ ਢਰੰਦੀ ਲੋੜ ਨਹੀਂ ਆ ਉਹਨਾਂ ਦਾ ਵੀਜ਼ਾ ਆਏਗਾ ਹੀ ਆਏਗਾ ਜੀ 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 ਬਿਲਕੁਲ ਸੋ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ ਚੰਗੀ ਪ੍ਰੋਫਾਈਲਸ ਆ ਔਰ ਜਿਹੜੀ ਖਾਸ ਤੌਰ ਤੇ ਮੈਮ ਨੇ ਪ੍ਰੋਫਾਈਲ ਡਿਸਕਸ ਕੀਤੀਆਂ ਨੇ ਤਾਂ ਉਹਨਾਂ ਸਟੂਡੈਂਟਸ ਨੂੰ ਖਬਰਾਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਜਿਵੇਂ ਕਿ ਮੈਮ ਨੇ ਦੱਸਿਆ ਸੀਬੀਐਸਸੀ ਬੋਰਡ ਤੋਂ ਨਾਨ ਮੈਡੀਕਲ 60% ਨਾਲ ਅਗਰ ਤੁਸੀਂ ਪਾਸ ਕੀਤੀ ਹੈ ਤਾਂ ਜ਼ਰੂਰ ਤੁਸੀਂ ਇੱਕ ਹਫਤੇ ਵਿੱਚ ਤੁਹਾਡੀ ਜੀਟੀ ਕਲੀਅਰ ਹੋਏਗੀ ਤੇ ਸਕਸੈਸਫੁਲੀ ਤੁਸੀਂ ਆਪਣਾ ਰਿਜ਼ਲਟ ਲੈ ਕੇ ਵੀਜ਼ਾ ਅਪਰੂਵਲ ਦੇ ਨਾਲ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਜਾ ਸਕਦੇ ਹੋ ਹੋਰ ਕੋਈ ਸਵਾਲ ਹੋਵੇ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਨੈਵੀਗੇਟਰਸ ਓ थैंक्स मैम सारी इनफोरमे स्टूडेंट सी अगों भी अटूडेंट्स तरह इनफोरमेटिव लैके आते रहेंगे फिलहाल ही दि जी इजाजत थैंक यू सो मच थैंक यू